टीका लगा मैं। हाँ कर दू पार्किंग में चल चुके ਲੁਟਕੋ ਅੱਜ ਜਲੰਧਰ ਹੋਈ ਮੈਂ ਇੱਕੋ ਦਿਨ ਚ ਸੱਤ ਅੱਠ ਲੁੱਟ ਹੋਈ ਆ ਨਾ ਜਾਂ ਵੱਡੀ ਵਿੱਚ ਅੱਜ ਇੱਕੋ ਦਿਨ ਚ ਮੇਰਾ ਨਾਮ ਰਣਬੀਰ ਸਿੰਘ ਹੈ। ਮੇਰੇ ਫਾਦਰ ਸਾਹਿਬ ਚੱਕੀ ਬੰਦ ਕਰਕੇ ਆ ਰਹੇ ਅੰਮ੍ਰਿਤਪਾਲ ਸਿੰਘ।
ਚੱਕੀ ਤੋਂ ਆਪੇ ਬੰਦ ਸ਼ੋਪ ਕਰ ਬੰਦ ਕਰਕੇ ਆ ਰਹੇ ਸੀਗੇ, ਹੱਥ ਚ ਬੈਗ ਸੀਗਾ, ਪੈਸੇ ਸੀ ਆਪੇ ਸੱਗਣ ਚੱਕੀ 100 ਕਿਲੋਮੀਟਰ ਦੂਰ ਆ ਦੁਕਾਨ ਤੋਂ, ਤੇ ਉਹ ਪਹਿਲਾਂ ਪਿੱਛਾ ਕਰ ਰਹੇ ਸੀ ਇਹਨਾਂ ਦਾ, ਇਹਨਾਂ ਉਹ 4 ਬੰਦੇ ਸੀਗੇ, ਹਾਂਜੀ ਮੁੰਬਈ ਤੇ ਸੀਗੇ, ਉਹ ਪਹਿਲਾਂ ਆਏ ਹੌਲੀ ਹੌਲੀ ਆਏ ਤੇ ਇੱਦਾਂ ਆਉਣ ਲੱਗਾ ਕਿ ਨੋਰਮਲ ਸਮਾਨ ਲੈਣ ਆ ਰਹੇ ਆ, ਉਹਨੇ ਪਹਿਲਾਂ ਆਂਢੀ ਪਟਰਾਲ ਮਾਰਨ ਦੀ ਕੋਸ਼ਿਸ਼ ਕੀਤੀ, ਇਹਨੇ ਅੱਗੇ ਆਪਣੇ ਹੱਥ ਬਾਂਹ ਕਰਤੀ, ਇਹਨੇ ਬਾਤ ਲੱਗ ਗਈ ਅੱਗੇ, ਉਹਨਾਂ ਨੇ ਆਪਣੇ ਬਚਾ ਲਈ ਗੋਲੀਆਂ ਮਾਰਤੀਆਂ, ਇੱਕ ਗੋਲੀ ਆਪਣੇ ਪੱਟ ਤੇ ਵੱਜ ਗਈ ਤੇ ਦੋ ਗੋਲੀਆਂ ਖਿਲਰ ਗਏ ਦੋ ਤਰ, ਉਸ ਫਿਰ ਮੈਂ ਆਪ ਲੈ ਕੇ ਆਪਣੀ ਕਾਰ ਤੇ, ਅਸੀਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਹਾਂ ਕਿ ਬਸ ਜਲਦੀ ਜਲਦੀ ਇਹਦਾ ਹੱਲ ਹੋਵੇ ਤੇ ਜਿਹੜੇ ਮੁਲਜ਼ਮ ਆ ਉਹ ਜੇਲ੍ਹ ਚੋਂ ਆਉਣ। ਪੇਸ਼ੈਂਟ ਅੰਮ੍ਰਿਤਪਾਲ ਸਿੰਘ ਆਏ ਨੇ ਸਗਰਾਂ ਦਾਸਰੇ ਪਿੰਡ ਜਿੱਥੇ ਵਾਰਦਾਤ ਹੋਈ ਹੈ, ਕੋਈ ਲੁੱਟ ਖੋਹ ਦਾ ਕੇਸ ਕਹਿ ਰਹੇ ਹੋ ਆਪਣੇ ਮੂੰਹੋਂ, ਅਸੋਲਟ ਇਹੀ ਹੈ ਕਿ ਉਹਨਾਂ ਦੇ ਲੈਫਟ ਥਾਈ 'ਤੇ ਫਾਇਰ ਆਰਮ ਇੰਜਰੀ ਹੈਗੀ, ਐਂਟਰੀ ਵੂਡ ਹੈਗਾ ਆ, ਅਤੇ ਲੈਫਟ ਰਿਸਟ 'ਤੇ ਵੀ ਵੂਡ ਹੈਗਾ ਇਨਸਾਨ, ਅਤੇ ਉਹਦਾ ਪੇਸ਼ੈਂਟ ਓਰੀਐਂਟਡ ਹੈਗਾ ਆ, ਵਾਈਟਲ ਸਟੇਬਲ ਹੈਗੇ ਆ, ਤਾਂ ਠੀਕ ਹੈ ਹਜੇ ਪੇਸ਼ੈਂਟ ਦੀ ਹਾਲਤ ਠੀਕ ਹੈ। ਮੈਂ ਆਪਣੀ ਜਾਇਜ਼ ਚੱਕੀ ਹੋਇਆ ਸੀ, ਚੱਕੀ ਹੋਇਆ ਸੀ ਅਜੇ ਆ ਕੇ ਦੁਕਾਨ ਦਾ ਤੇ ਪਿੱਛੋਂ ਪੈ ਗਏ, ਗੋਲੀ ਵੀ ਚਲਾਈ, ਗੋਲੀ ਪਹਿਲਾਂ ਡਾਂਟ ਪਾਇਆ ਤੇ ਫਿਰ ਗੋਲੀ ਨਾਲ, ਇਹਨਾਂ ਕੋਲ ਬੈਕ ਹੋਣ ਦੀ ਕੋਸ਼ਿਸ਼, ਬੈਕ ਹੋਣ ਦੀ ਵੀ, ਕਿੰਨੇ ਬੰਦੇ ਸੀ ਉਹ? 4 ਜਾਣੇ। ਉਸ ਤੋਂ ਬਾਅਦ ਗੋਲੀ ਵੀ ਲੱਗੀ, ਗੋਲੀ ਪੜ ਲਈ ਡਾਂਟ ਹੱਥੇ, ਆਏ ਤੇ ਕੀ ਬਾਰਾਂ ਤਾਂ ਵੱਧੀਆਂ ਕੀ ਮੰਗ ਕਰਦੇ? ਦੇਖੋ ਇਹ ਕਾਨੂੰਨ ਵੀ ਵੈਸਾ ਗਲਤ ਹੈ, ਜਿਹੜੀ ਸਗਰਾਂ ਲੁੱਟ ਦਾ ਮਾਮਲਾ ਹੋਇਆ ਕੀ ਹੋਈ ਵਾਰਦਾਤ ਪੂਰੀ? ਅੱਜ ਰਾਤ ਨੂੰ ਕਰੀਬ 8:30 ਵਜੇ ਦੇ ਕਰੀਬ ਪਿੰਡ ਦੇ ਵਿੱਚ ਜਿਹੜੀ ਕਰਿਆਨੇ ਦੀ ਦੁਕਾਨ ਹੈ, ਇੱਥੇ 4 ਜਿਹੜੇ ਅਣਪਛਾਤੇ ਵਿਅਕਤੀ ਉਹਨਾਂ ਨੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਜਿਹੜੇ ਮਕਾਨ ਜਿਹੜੇ ਦੁਕਾਨ ਦੇ ਮਾਲਕ ਸੀ ਉਹਨਾਂ ਬੜੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਉਹਦੀ ਜਿਹੜੀ ਹੈਗੀ ਕਾਮਯਾਬ, ਫਿਰ ਉਹਨਾਂ ਨੇ ਉੱਥੇ ਫਾਇਰ ਕਰ ਦਿੱਤਾ ਜਿਹਦੇ ਨਾਲ ਉਹਨਾਂ ਦੇ ਪੱਟ 'ਤੇ ਗੋਲੀ ਲੱਗ ਗਈ। ਅਸੀਂ FIR ਦਰਜ ਕਰ ਰਹੇ ਹਾਂ, ਜਲਦੀ ਦੋਸ਼ੀਆਂ ਨੂੰ ਭਾਲ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਏਗਾ।